ਤੇ ਉਧਰ ਅੰਮ੍ਰਿਤਸਰ ਵਿੱਚ ਜਲਿਆਂਵਾਲਾ ਬਾਗ ਮੈਮੋਰੀਅਲ ਹਸਪਤਾਲ ਦੇ ਵਿੱਚ 52 ਨਰਸਾਂ ਦੇ ਸੀਨੀਅਰ ਨਰਸਿੰਗ ਸਿਸਟਰ ਉੱਤੇ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਦੌਰਾਨ ਹਸਪਤਾਲ ਵਿੱਚ ਕੰਮ ਕਰ ਰਹੀਆਂ ਨਰਸਾਂ ਵੱਲੋਂ ਨਰਸਿੰਗ ਸਟਾਫ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਰਜਿੰਦਰ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਸਟਾਫ ਨਰਸਾਂ ਦੇ ਨਾਲ ਦੋ ਨਰਸਿੰਗ ਸਿਸਟਰ ਦਾ ਵਿਵਹਾਰ ਬਹੁਤ ਹੀ ਮਾੜਾ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਸਟਾਫ ਨਰਸਾਂ ਨੂੰ ਹਰ ਗੱਲ ਉੱਤੇ ਉਹਨਾਂ ਵੱਲੋਂ ਜਲੀਲ ਕੀਤਾ ਜਾਂਦਾ ਹੈ ਇਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੀਨੀਅਰ ਨੇ ਉਹਨਾਂ ਨਾਲ ਵਿਵਹਾਰ ਸਹੀ ਨਾ ਕੀਤਾ ਤਾਂ ਵੱਡੇ ਪੱਧਰ ਉੱਤੇ ਅੰਦੋਲਨ ਕਰਨਗੀਆਂ ਇਸ ਪ੍ਰਦਰਸ਼ਨ ਸੰਬੰਧੀ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਜਿੰਦਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ ਅਸੀਂ ਪ੍ਰੋਸੈਸ ਇਸ ਵਾਸਤੇ ਕਰ ਰਹੇ ਹਾਂ ਕਿ ਸਾਡੇ ਨਰਸਿੰਗ ਸਿਸਟਮ ਪਹਿਲਾਂ ਤਾਂ ਸਾਡੇ ਕੋਈ ਨਰਸਿੰਗ ਸਿਸਟਮ ਨਹੀਂ ਹੁੰਦੀ ਅਸੀਂ ਸਟਾਫਾਂ ਹੀ ਸਾਰਾ ਸਿਵਲ ਹਸਪਤਾਲ ਦਾ ਪ੍ਰਬੰਧ ਚਲਾਉਂਦੇ ਰਹੇ ਹਾਂ ਪਿਛਲੇ ਕੁਛ ਟਾਈਮ ਤੋਂ ਇੱਕ ਡੈਪੂਟੇਸ਼ਨ ਲਗਾ ਕੇ ਨਰਸਿੰਗ ਸਿਸਟਰਾਂ ਸਰਬਜੀਤ ਕੌਰ ਸੁਖਵਿੰਦਰ ਕੌਰ ਅਤੇ ਰਮੇਸ਼ ਕੁਮਾਰੀ ਆਈਆਂ ਵਾ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਨੂੰ ਇੱਕ ਪਾਸੇ ਰੱਖ ਕੇ ਇੱਕ ਆਪਣਾ ਮਕਸਦ ਬਣਾ ਲਿਆ ਵੀ ਜਦੋਂ ਅਸੀਂ ਹਾਜ਼ਰੀ ਲਾਉਂਦੇ ਹਾਂ ਹਾਜ਼ਰੀ ਲਾਉਂਦਿਆਂ ਸਾਰੀ 80% ਸਾਨੂੰ ਉਹ ਬੇਇੱਜ਼ਤੀ ਨਾਲ ਹੀ ਨਡਾਲ ਕਰ ਦਿੰਦੀਆਂ ਮੰਨ ਲਓ ਸਾਡੀ ਕੋਈ ਐਮਰਜੈਂਸੀ ਕੋਈ ਅਸੀਂ ਛੁੱਟੀ ਲੈਣੀ ਆ ਜਾਂ ਕਿੱਦਾਂ ਕੋਈ ਉਹਨਾਂ ਨੂੰ ਬਹਾਨਾ ਚਾਹੀਦਾ ਉਹਨਾਂ ਨੂੰ ਬਹਾਨਾ ਚਾਹੀਦਾ ਇੰਨਾ ਕੁ ਜ਼ਿਆਦਾ ਡੀਗ੍ਰੇਡ ਕਰਦੀਆਂ ਵਾ ਇਹ ਤੋਂ ਇਸੇ ਕਰਕੇ ਅਸੀਂ 4 ਕੁ ਮਹੀਨੇ ਪਹਿਲਾਂ ਡਾਕਟਰ ਅਰੋੜਾ ਦੇ ਕੋਲ ਇਹ ਮੁੱਦਾ ਚੁੱਕਿਆ ਸੀਗਾ ਵੀ ਚਲੋ ਸਾਡਾ ਅੰਦਰੇ ਅੰਦਰ ਅਸੀਂ ਧਰਨੇ ਲਾਉਣੇ ਪਸੰਦ ਨਹੀਂ ਕਰਦੇ ਸਾਡੇ ਮਰੀਜ਼ਾਂ ਦੀ ਜਿਹੜੀ ਹੈਗੀ ਆ ਉਹ ਪ੍ਰਭਾਵਿਤ ਹੁੰਦੀਆਂ ਸਰਵਿਸਿਜ਼ ਅਸੀਂ ਡਾਕਟਰ ਅਰੋੜਾ ਸਾਡੇ ਜਿਹੜੇ SMO ਆ ਉਹਨਾਂ ਦੇ ਕੋਲ ਮੁੱਦਾ ਚੁੱਕਿਆ ਸੀਗਾ ਕਿ ਇਹ ਕਹਿੰਦੀਆਂ ਸੀ ਤੁਹਾਡੇ ਅਸੀਂ ਐਡਜਸਟਮੈਂਟ ਹੀ ਨਹੀਂ ਇੱਦਾਂ ਕਰ ਸਕਦੀਆਂ ਜਦਕਿ ਸਾਡੀ ਵਿੱਚ ਇੱਕ ਨਿੱਜੀ ਲਾਈਫ ਹੁੰਦੀ ਆ ਸਾਨੂੰ ਐਮਰਜੈਂਸੀ ਪੈਂਦੀਆਂ ਸਾਰੇ ਲੋਕਾਂ ਦੀ ਤਰ੍ਹਾਂ ਅਸੀਂ ਆਪਣੀ ਨੌਕਰੀ ਵੀ ਕਰਨੀ ਆ ਪਰ ਇਹ ਜਿਹੜੀਆਂ ਸਾਡੀਆਂ ਸਿਸਟਰਾਂ ਹੈਗੀਆਂ ਇੱਕ ਇਹ ਵੀ ਗੱਲ ਸੁਣਨ ਤਿਆਰ ਹੀ ਨਹੀਂ ਹੈਗੀਆਂ ਹੁਣ ਅਸੀਂ ਮੰਗ ਕਰਦੇ ਹਾਂ ਇੱਕ ਤਾਂ ਇਹਨਾਂ ਸਿਸਟਰਾਂ ਨੇ ਸਾਡੇ ਕੋਲੋਂ ਸਾਡੇ ਜਿਹੜੇ ਰੋਸਟਰ ਹੁੰਦੇ ਆ ਨਾ ਜਿਹਦੇ ਕਰਕੇ ਜਦੋਂ ਵੀ ਕੁੜੀਆਂ ਛੁੱਟੀ ਮੰਗਦੀਆਂ ਜਾਂ ਮੈਂ ਹੀ ਸਮਝ ਲਓ ਜਾਂ ਹੋਰ ਕੋਈ ਵੀ ਕੁੜੀ ਆ ਛੁੱਟੀ ਮੰਗਦੀ ਆ ਅਸੀਂ ਆਪਸ ਵਿੱਚ ਦੀ ਐਡਜਸਟ ਕਰੋ ਜਿਹੜੇ ਜਦੋਂ ਸਾਡੇ ਕੋਲ ਰੋਸਟਰ ਹੀ ਨਹੀਂ ਜਿਹੜੇ ਕਿ ਇਹਨਾਂ ਨੇ ਜਿੰਦਰੇ ਦੇ ਅੰਦਰ ਬੰਦ ਕਰਕੇ ਰੱਖੇ ਹੋਏ ਆ ਜਿਹੜੇ ਕਿ ਕਿਸੇ ਹਸਪਤਾਲ ਦੇ ਵਿੱਚ ਵੀ ਇਹੋ ਜਿਹੀ ਕਾਨੂੰਨ ਨਹੀਂ ਆ ਇਹ ਬਿਲਕੁਲ ਗਲਤ ਹੈ ਅਸੀਂ ਪਿਛਲੇ 3 ਮਹੀਨੇ ਉਹਨਾਂ ਨੂੰ ਰੋਸਟਰ ਖੁਦ ਬਣਾ ਲਈ ਦੇ ਦਿੱਤੇ ਸੀ ਪਰ SMO ਸਾਹਿਬ ਦੇ ਹੁਕਮਾਂ ਮੁਤਾਬਕ ਅਸੀਂ ਵਾਪਸ ਲੈ ਕੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਸੀ ਇਸ ਕਰਕੇ ਡਾਕਟਰ ਸਾਹਿਬ ਨੇ ਸਾਨੂੰ ਕਿਹਾ ਸਾ ਅਸੀਂ ਆਪਣੇ ਸੀਨੀਅਰ ਦੇ ਆਰਡਰ ਜਿਹੜੇ ਆ ਉਹਨਾਂ ਨੂੰ ਅਪੇ ਕੀਤਾ ਅਸੀਂ ਕੋਈ ਵੀ ਮਤਲਬ ਉਹਨਾਂ ਤੋਂ ਖੋ ਬਾਜ ਕੇ ਨਹੀਂ ਲਏ ਦੂਸਰੀ ਗੱਲ ਇਹ ਕਿ ਜਿਹੜੇ ਰੋਸਟਰ ਆ ਉਹ ਅਸੀਂ ਅੰਦਰ ਤਾਂ ਰੱਖਦੇ ਹਾਂ ਕਿਉਂਕਿ ਰੋਸਟਰਾਂ 'ਤੇ ਆਪਣੇ ਆਪ ਹੀ ਜਿਹੜੀ ਅਦਲਾ ਬਦਲੀ ਕੀਤੀ ਜਾਂਦੀ ਸੀ ਔਰ ਨਾਈਟ ਈਵਨਿੰਗ ਵਿੱਚ ਡਾਕਟਰਾਂ ਨੂੰ ਔਰ ਬਾਕੀ ਸਟਾਫ ਨੂੰ ਮੁਸ਼ਕਲ ਆਉਂਦੀ ਸੀ ਕਾਰਨ ਮਤਲਬ ਸਾਡੇ ਰੋਸਟਰ ਆ ਉਹ ਅਸੀਂ ਅੰਦਰ ਰੱਖਣੇ ਸ਼ੁਰੂ ਕਰ ਦਿੱਤੇ ਸੀ ਫਿਲਹਾਲ ਵੀ ਇਹਨਾਂ ਕੁੜੀਆਂ ਦੀ ਆਪਸੀ ਹੀ ਰਜਾ ਮਤਲਬ ਹੈਗੀ ਆ ਸਾਡੇ ਨਾਲ ਇਹਨਾਂ ਦੀ ਕੋਈ ਵੀ ਰੰਜਿਸ਼ ਨਹੀਂ ਆ ਕਿਉਂਕਿ ਐਮਰਜੈਂਸੀ ਜਿਹੜਾ ਪੇਸ਼ੈਂਟ ਆਉਂਦਾ ਉਹਨੂੰ ਖਰਾਬ ਕੀਤਾ ਜਾਂਦਾ ਹੈ ਐਮਰਜੈਂਸੀ ਵਾਲੇ ਕਹਿੰਦੇ ਆ ਕਿ ਉੱਪਰ ਚਲੇ ਜਾਓ ਉੱਪਰ ਵਾਲਿਆਂ ਕੋਲ ਪੂਰਾ ਪ੍ਰਬੰਧ ਨਹੀਂ ਹੈਗਾ ਜੋ ਐਮਰਜੈਂਸੀ ਸਾਡੇ ਪ੍ਰਬੰਧ ਹੈ ਇਹਦੀ ਡਿਟੇਲ ਜਿਹੜੀ ਆ ਇਹ ਜਦੋਂ ਕੁੜੀਆਂ ਮੈਨੂੰ ਤੰਗ ਕਰਦੀਆਂ ਹੈ ਕਿ ਬਾਰ ਬਾਰ ਫੋਨ ਕਰਦੀਆਂ ਮੈਂ ਸਿਰਫ ਇਹ ਹੀ ਕਹਿੰਦੀ ਹਾਂ ਕਿ ਮਤਲਬ ਲਈ ਫੋਨ ਕਰੋ ਨਹੀਂ ਤਾਂ ਮੇਰੇ ਪਿਛਲੇ ਕਿਸੇ ਵੀ ਮਹੀਨੇ ਦਾ ਰਿਕਾਰਡ ਫੋਨ ਤੋਂ ਰਿਕਾਰਡ ਤੋਂ ਵੇਖ ਸਕਦੇ ਜੇ ਕਿ ਕੁੜੀਆਂ ਨੇ ਮੈਨੂੰ ਕਿੰਨਾ ਹਰਾਸ ਕਰਦੀਆਂ